ਜਲੰਧਰ ਦੇ ਥਾਣਾ ਭੋਗਪੁਰ ਦੀ ਪੁਲਿਸ ਨੇ 1 ਕਿਲੋ ਹੈਰਨ ਦੇ ਨਾਲ ਇੱਕ ਵਿਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸਐਸਪੀ ਦਿਹਾਤੀ ਨਵਜੋਤ ਸਿੰਘ ਮਾਲ ਦਾ ਕਹਿਣਾ ਹੈ ਕਿ ਇੰਸਪੈਕਟਰ ਦਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਆਦਮਪੁਰ ਮੋੜ ਤੇ ਨਾਕੇ ਤੇ ਮੌਜੂਦ ਸਨ। ਇਸ ਮੌਕੇ ਤੇ ਪੁਲਿਸ ਪਾਰਟੀ ਨੇ ਵਿਦੇਸ਼ੀ ਨਾਗਰਿਕ ਨੂੰ ਕਾਬੂ ਕਰਕੇ ਉਸ ਦੀ ਕਿੱਟ ਵਿੱਚੋਂ ਤਲਾਸ਼ੀ ਲੈਣ ਤੇ 1 ਕਿਲੋ ਹੈਰਨ ਬਰਾਮਦ ਕੀਤੀ ਹੈ। ਇਹ ਦੋਸ਼ੀ ਦਿੱਲੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ। ਲਗਭਗ ਇਹਦੇ ਕੋਲ ਤਕਰੀਬਨ ਇੱਕ ਅਮਾਊਂਟ ਕਿੰਨੇ ਕੁ ਦੀ ਹੋਊਗੀ ਸਰ? ਪਹਿਲਾਂ ਮੁਕੱਦਮਾ ਲੰਬਾ ਹੋਣ ਸੀ, ਅੱਜ ਇਹਨੂੰ ਫੜਿਆ ਹੀ ਹੈ, ਰਾਤੀ ਫੜਿਆ ਸੀ, ਰਾਤ ਲੈ ਰਹੇ ਹਾਂ, ਰਿਮਾਂਡ ਲੈ ਰਹੇ, ਪੁੱਛਗਿੱਛ ਕਰਾਂਗੇ ਐਂਡ ਹੋਏਗੀ ਤੁਹਾਨੂੰ ਸ਼ੇਅਰ ਕਰਾਂਗੇ।